ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਇਕੱਤਰ ਹੋਈ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਜਿਸ ਤਰ੍ਹਾਂ ਭਾਈ ਸਾਹਿਬ ਜੀ ਆਪ ਜੀ ਨੂੰ ਆਪਾਂ ਨੂੰ ਅੰਦਰ ਦਾ ਭੇਜ ਦੇ ਰਹੇ ਸੀ, ਉਸੇ ਵਾਰੇ ਹੋਏ ਆਪਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਪ੍ਰਭੂ ਮਿਲਾਪ ਦਾ ਰਸਤਾ ਦੱਸ ਰਹੇ ਨੇ, ਉਸ ਨੂੰ ਸਿਮਰਦੇ ਹੋਏ ਨਾਲ ਦੀ ਨਾਲ ਆਪਾਂ ਨੇ ਗੁਰਮੰਤਰ ਨੂੰ ਦ੍ਰਿੜ ਕਰਨਾ ਹੈ। ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ, ਜੇ ਵਡਭਾਗ ਹੋਵੇ ਆ ਤਨੀਕਾ ਤਾਂ ਗੁਰਮਤਿ ਨਾਮ ਦੜੀਜੇ। ਜਿਨ੍ਹਾਂ ਗੁਰਮੁਖ ਪਿਆਰਿਆਂ ਦੇ ਬਹੁਤ ਵੱਡੇ ਭਾਗ ਹੁੰਦੇ ਹਨ, ਜਿਨ੍ਹਾਂ ਨੂੰ ਸਤਿਗੁਰੂ ਇਸ ਭਵ ਸਾਗਰ ਵਿੱਚੋਂ ਕੱਢਣਾ ਚਾਹੁੰਦਾ ਹੈ, ਜਿਨ੍ਹਾਂ ਨੂੰ ਉਹ ਜੀਵਨ ਮੁਕਤ ਕਰਨਾ ਚਾਹੁੰਦਾ ਹੈ, ਉਹਨਾਂ ਨੂੰ ਹੀ ਉਹ ਸਮਾਂ ਬਖਸ਼ਦਾ ਹੈ ਕਿ ਉਹ ਗੁਰਮਤਿ ਦੇ ਰਸਤੇ ਉੱਤੇ ਚੱਲ ਸਕਣ। ਜਿਹੜੇ ਗੁਰਮੁਖ ਪਿਆਰੇ ਗੁਰਮਤਿ ਦੇ ਰਸਤੇ ਉੱਤੇ ਚੱਲ ਕੇ ਗੁਰਮੰਤਰ ਨੂੰ ਦ੍ਰਿੜ ਕਰਦੇ ਨੇ, ਮਹਾਰਾਜ ਦਾ ਫਰਮਾਨ ਹੈ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰਮੰਤਰ ਦ੍ਰਿੜਾਇਆ। ਜਦੋਂ ਆਪਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਜਾਂਦੀ ਹੈ ਤਾਂ ਪੰਜ ਸਿੰਘ ਸਹਿਬਾਨ ਆਪਾਂ ਨੂੰ ਗੁਰਮੰਤਰ ਦ੍ਰਿੜ ਕਰਾਉਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਾਂ ਨੂੰ ਲਿਖ ਕੇ ਗਰੰਟੀ ਦੇ ਦਿੱਤੀ। ਮਹਾਰਾਜ ਫਰਮਾਨ ਕਰਦੇ ਨੇ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਜੋ ਵਾਹਿਗੁਰੂ ਸ਼ਬਦ ਹੈ ਇਹ ਨਾਮ ਤੱਕ ਲੈ ਕੇ ਜਾਣ ਵਾਲਾ ਇੱਕ ਜਹਾਜ਼ ਹੈ। ਜਿਸ ਤਰ੍ਹਾਂ ਆਪਾਂ ਇੱਕ ਜਹਾਜ਼ ਵਿੱਚ ਚੜ੍ਹ ਕੇ ਇੱਕ ਦੇਸ਼ ਤੋਂ ਦੂਸਰੇ ਦੇਸ਼ ਚਲੇ ਜਾਂਦੇ ਹਾਂ, ਉਸੇ ਤਰ੍ਹਾਂ ਹੀ ਇਹ ਜੋ ਵਾਹਿਗੁਰੂ ਸ਼ਬਦ ਹੈ ਇਸ ਕਾਲ ਦੇ ਦੇਸ਼ ਵਿੱਚੋਂ ਨਿਰੰਕਾਰ ਦੇ ਦੇਸ਼ ਵਿੱਚ ਲੈ ਕੇ ਜਾਣ ਵਾਲਾ ਇੱਕ ਜਹਾਜ਼ ਹੈ। ਗੁਰਮੁਖ ਪਿਆਰਿਓ, ਜੋ ਵਾਹਿਗੁਰੂ ਸ਼ਬਦ ਹੈ ਇਹ ਆਪ ਨਾਮ ਨਹੀਂ ਹੈ। ਵਾਹਿਗੁਰੂ ਸ਼ਬਦ ਇੱਕ ਜਹਾਜ਼ ਹੈ ਜਿਸ ਨੇ ਆਪਾਂ ਨੂੰ ਇਸ ਕਾਲ ਦੇ ਦੇਸ਼ ਵਿੱਚੋਂ ਨਿਰੰਕਾਰ ਦੇ ਦੇਸ਼ ਵਿੱਚ ਲੈ ਕੇ ਜਾਣਾ ਹੈ। ਅਤੇ ਉਸ ਨਾਮ ਬਾਰੇ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸਿਆ ਕਿ ਜਦੋਂ ਤੁਸੀਂ ਗੁਰਮੰਤਰ ਨੂੰ ਦ੍ਰਿੜ ਕਰੋਗੇ ਤਾਂ ਅਕਾਲ ਪੁਰਖ ਸੱਚੇ ਪਾਤਸ਼ਾਹ ਤੁਹਾਡਾ ਮੇਲ ਐਸੇ ਗੁਰਮੁਖਾਂ ਦੇ ਨਾਲ ਕਰਾਵੇਗਾ ਜਿਨ੍ਹਾਂ ਨੇ ਪ੍ਰੈਕਟੀਕਲ ਕੀਤਾ ਹੁੰਦਾ। ਫਿਰ ਉਹ ਗੁਰਮੁਖ ਪਿਆਰੇ ਆਪਾਂ ਨੂੰ ਸਮਝਾਉਂਦੇ ਨੇ ਕਿ ਤੁਸੀਂ ਅੰਦਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੋਂ ਸੇਧ ਲੈ ਕੇ ਕਿਸ ਤਰ੍ਹਾਂ ਉਸ ਮਾਲਕ ਦੇ ਦਰ ਤੱਕ ਪਹੁੰਚ ਸਕਦੇ ਹੋ। ਮਹਾਰਾਜ ਸੱਚੇ ਪਾਤਸ਼ਾਹ ਦਾ ਫਰਮਾਨ ਹੈ, ਕਹਿੰਦੇ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਪਹਿਲਾਂ ਆਪਾਂ ਬਾਹਰ ਮੁਖੀ ਹੋ ਕੇ ਪ੍ਰਚਾਰ ਕਰਦੇ ਸੀ, ਭਗਤੀ ਵੀ ਬਾਹਰ ਮੁਖੀ ਹੋ ਕੇ ਕਰਦੇ ਸੀ, ਪਰ ਸੰਤਾਂ ਨੇ ਕੀ ਕੀਤਾ, ਆਪਾਂ ਨੂੰ ਅੰਤਰਮੁਖੀ ਕਰ ਦਿੱਤਾ। ਕਹਿੰਦੇ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਜਦੋਂ ਅੰਤਰਗਤ ਗਏ ਤਾਂ ਕੀ ਦੇਖਿਆ, ਕਹਿੰਦੇ ਸਗਲ ਸਮੱਗਰੀ ਏਕ ਸਘਟ ਮੈਂ, ਅਨਕ ਰੰਗ ਨਾਨਾ ਦ੍ਰਿਸ਼ਟ ਆਹੇ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਤਾਂ ਅੰਦਰ ਜਾ ਕੇ ਦੇਖਿਆ ਕਿ ਜਿਸ ਨਾਮ ਨੂੰ ਲੱਭਦੇ ਅਸੀਂ ਬਾਹਰ ਫਿਰਦੇ ਸੀ ਉਹ ਨਾਮ ਤਾਂ ਸਾਡੇ ਅੰਦਰ ਹੈ। ਗੁਰਮੁਖ ਪਿਆਰਿਓ, ਆਪਣੇ ਜਨਮ ਤੋਂ ਪਹਿਲਾਂ ਜੋ ਆਪਣੀ ਸੁੱਤ ਹੈ ਉਹ ਮਾਲਕ ਦੇ ਨਾਲ ਜੁੜੀ ਹੁੰਦੀ ਹੈ। ਮਹਾਰਾਜ ਫਰਮਾਨ ਕਰਦੇ ਨੇ, ਕਹਿੰਦੇ ਮਾਤ ਗਰਭ ਮੈਂ ਆਪਣਾ ਸਿਮਰਨ ਦੇ, ਤਹਿ ਤੁਮ ਰੱਖਣ ਹਾਰੇ। ਤਾਂ ਮਾਲਕ ਉੱਥੇ ਆਪਣਾ ਸਿਮਰਨ ਆਪਾਂ ਨੂੰ ਭੇਜਦਾ ਹੈ। ਪਰ ਜਦੋਂ ਆਪਾਂ ਇਸ ਸੰਸਾਰ ਵਿੱਚ ਪ੍ਰਗਟ ਹੁੰਦੇ ਹਾਂ ਆਪਾਂ ਨਾਭੀ ਦੇ ਰਸਤੇ ਆਪਣੀ ਮਾਤਾ ਦੇ ਨਾਲ ਜੁੜੇ ਹੁੰਦੇ ਹਾਂ। ਤਾਂ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਸਮਝਾ ਰਹੇ ਨੇ, ਗੁਰਮੁਖ ਪਿਆਰੇ, ਉੱਥੇ ਦੀ ਆਪਣੇ ਸਿਮਰਨ ਚੱਲ ਰਿਹਾ, ਮਹਾਰਾਜ ਦੀ ਯਾਦ ਚੱਲ ਰਹੀ ਹੈ। ਜਦੋਂ ਆਪਾਂ ਨੂੰ ਮਾਤਾ ਦੇ ਨਾਲੋਂ ਵੱਖ ਕੀਤਾ ਗਿਆ ਤਾਂ ਕੀ ਹੋਇਆ, ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ ਨੇ, ਕਹਿੰਦੇ ਜੋ ਨਾਮ ਸੀ ਉਹ ਦਸਵੇਂ ਦੁਆਰ ਦੇ ਵਿੱਚ ਚਲੇ ਗਿਆ, ਜਿੱਥੇ ਆਪਣੇ ਨੱਕ ਦੀ ਜੜ ਹੈ ਇੱਥੇ ਇੱਕ ਬੱਜਰ ਕਪਾਟ ਲੱਗ ਗਿਆ, ਅਤੇ ਜਿੱਥੇ ਤੱਕ ਆਪਣਾ ਖੇਡ ਹੈ ਨੌ ਦਰਵਾਜ਼ਿਆਂ ਦੇ ਵਿੱਚ ਹੀ ਆਪਣੀ ਸੁੱਤ ਫਸੀ ਰਹਿ ਗਈ, ਆਪਾਂ ਉਹ ਬੱਜਰ ਕਪਾਟ ਤੋਂ ਉੱਤੇ ਨਹੀਂ ਜਾ ਸਕੇ। ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਸਮਝਾ ਰਹੇ ਨੇ, ਗੁਰਮੁਖ ਪਿਆਰਿਓ, ਕਿ ਜਿੰਨਾ ਚਿਰ ਆਪਣੀ ਸੁੱਤ ਨੌ ਦਰਵਾਜ਼ਿਆਂ ਦੇ ਵਿੱਚ ਹੈ ਜਾਂ ਆਪਾਂ ਰਜੋ ਗੁਣ ਤਮੋ ਗੁਣ ਜਾਂ ਸਤੋ ਗੁਣ 'ਤੇ ਵਿਚਰਦੇ ਹਾਂ, ਉਹਨਾਂ ਚਿਰ ਜੋ ਆਪਣਾ ਜੀਵਨ ਹੈ ਉਹ ਖਾਲਸਾ ਨਹੀਂ ਹੋ ਸਕਦਾ। ਕਿਉਂਕਿ ਖਾਲਸਾ ਜੀਵਨ ਕਦੋਂ ਹੋਣਾ ਹੈ, ਮਹਾਰਾਜ ਦਾ ਫਰਮਾਨ ਹੈ, ਕਹਿੰਦੇ ਪੂਰਨ ਜੋਤ ਜਗੇ ਘਟ ਮੈਂ ਤਬ ਖਾਲਸ ਤਾਹੇ ਨਖਾਲਸ ਜਾਣੇ।
ਜੇਕਰ ਮਾਲਕ ਦੀ ਜੋਤ ਆਪਣੇ ਅੰਦਰ ਪ੍ਰਗਟ ਨਹੀਂ ਹੋਈ, ਮਾਲਕ ਦਾ ਨੂਰ ਆਪਣੇ ਅੰਦਰ ਪ੍ਰਗਟ ਨਹੀਂ ਹੋਈ, ਤਾਂ ਰੰਗ ਰੂਪ ਰੇਖ ਭੇਖ ਜੈਸਾ ਮਰਜ਼ੀ ਧਾਰਨ ਕੀਤਾ ਹੈ, ਤਾਂ ਆਪਣਾ ਜੋ ਜੀਵਨ ਹੈ ਉਹ ਖਾਲਸਾ ਨਹੀਂ ਹੋ ਸਕਦਾ। ਮਹਾਰਾਜ ਫਰਮਾਨ ਕਰਦੇ ਨੇ, ਕਹਿੰਦੇ ਕਹੋ ਕਬੀਰ ਜਨ ਭੈ ਖਾਲਸੇ, ਪ੍ਰੇਮ ਭਗਤ ਦੇ ਨਜਾਨੀ, ਜਿਨ੍ਹਾਂ ਨੇ ਪ੍ਰੇਮ ਦੇ ਨਾਲ ਭਗਤੀ ਕੀਤੀ ਉਹਨਾਂ ਨੂੰ ਫਿਰ ਗੁਰਮੁਖ ਪਿਆਰਿਓ ਮਾਲਕ ਦੇ ਦਰਸ਼ਨ ਹੁੰਦੇ ਨੇ। ਬਾਰਾਂ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਉਹ ਮਾਰਗ ਸਮਝਾਇਆ ਹੈ। ਗੁਰਮੁਖ ਪਿਆਰਿਓ, ਆਪਣੇ ਕੋਲ ਅੱਜ ਸਮਾਂ ਘੱਟ ਹੈ, ਆਪਾਂ ਇਸ ਬਾਰੇ ਜਦੋਂ ਇੱਥੇ ਸਿਮਰਨ ਹੋਇਆ ਕਰੇਗਾ ਉਸ ਬਾਰੇ ਵਿਚਾਰ ਕਰਾਂਗੇ। ਮਹਾਰਾਜ ਆਪਾਂ ਨੂੰ ਫਰਮਾਨ ਕਰਦੇ ਨੇ ਕਿ ਤੁਹਾਡਾ ਜੋ ਸੰਬੰਧ ਹੈ ਮਾਲਕ ਦੇ ਨਾਲੋਂ ਨਾਭੀ ਦੇ ਰਸਤੇ ਨਾਲੋਂ ਟੁੱਟਿਆ ਸੀ। ਪਹਿਲਾਂ ਸਵਾਸ ਗ੍ਰਾਸ ਸਿਮਰਨ ਕਰਕੇ ਤੁਸੀਂ ਨਾਭੀ ਉੱਤੇ ਆਸਣ ਲਗਾਉਣਾ ਸਿੱਖੋ। ਮਹਾਰਾਜ ਆਪਾਂ ਨੂੰ ਸਮਝਾ ਰਹੇ ਨੇ ਗੁਰਮੁਖ ਪਿਆਰਿਓ, ਉਹ ਜੋ ਸਿਮਰਨ ਹੈ ਉਹ ਕਿਵੇਂ ਕਰਨਾ ਹੈ। ਤਿੰਨ ਤਰੀਕੇ ਸਿਮਰਨ ਦੇ ਮਹਾਰਾਜ ਨੇ ਦੱਸੇ ਨੇ। ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸੇ ਧਿਆਵੋ ਸਵਾਸ ਗ੍ਰਾਸ। ਫਿਰ ਮਹਾਰਾਜ ਦੱਸ ਰਹੇ ਨੇ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਚਿੰਦ। ਤੀਸਰਾ ਮਹਾਰਾਜ ਨੇ ਦੱਸਿਆ ਗੁਰਮੁਖ ਰੋਮ ਰੋਮ ਹੱਤਿਆਵੇ, ਜਿੰਨੇ ਰੋਮ ਨੇ ਉਹਨਾਂ ਨੇ ਸਿਮਰਨ ਕਿਸ ਤਰ੍ਹਾਂ ਕਰਨਾ ਹੈ। ਅਤੇ ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਦੱਸ ਰਹੇ ਨੇ ਇੱਕ ਦ੍ਰਿਸ਼ਟਮਾਨ ਕਥਾ ਹੈ ਜੋ ਸਾਖੀਆਂ ਦੇ ਰੂਪ ਦੇ ਵਿੱਚ ਹੈ, ਉਸ ਨੂੰ ਪੜ੍ਹ ਕੇ ਆਪਾਂ ਧਰਮ ਕਮਾਉਣ ਦੇ ਰਸਤੇ 'ਤੇ ਚੱਲ ਸਕਦੇ ਹਾਂ। ਪਰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਗੁਰਬਾਣੀ ਹੈ, ਇਸ ਨੇ ਆਪਾਂ ਨੂੰ ਪ੍ਰਭੂ ਮਿਲਾਪ ਦਾ ਰਸਤਾ ਦੱਸਣਾ ਹੈ। ਇਸ ਨੂੰ ਇਕੱਥ ਕਥਾ ਆਖਿਆ ਜਾਂਦਾ ਹੈ। ਕਹਿੰਦੇ ਜਿਸੇ ਜਗਾਵੇ ਪਿਆਵੇ ਇਹ ਰਸ ਇਕੱਥ ਕਥਾ ਤਿੰਨ ਜਾਣੀ, ਜਿਨ੍ਹਾਂ ਦੇ ਮਨ ਨੂੰ ਮਾਲਕ ਜਗਾਉਂਦਾ ਹੈ ਉਹੀ ਇਸ ਇਕੱਥ ਕਹਾਣੀ ਨੂੰ ਕਰ ਸਕਦੇ ਹਨ। ਇਸ ਇਕੱਥ ਕਹਾਣੀ ਨੇ ਗੁਰਮੁਖ ਪਿਆਰਿਓ ਆਪਾਂ ਨੂੰ ਉਸ ਕਥਾ ਤੱਕ ਲੈ ਕੇ ਜਾਣਾ ਹੈ ਜੋ ਮਾਲਕ ਆਪ ਕਰ ਰਿਹਾ ਹੈ। ਮਹਾਰਾਜ ਦਾ ਫਰਮਾਨ ਹੈ, ਕਹਿੰਦੇ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭੂ ਦੇ ਸਿਮਰਨ ਨੂੰ ਸਭ ਉੱਚਾ ਸਥਾਨ ਕਿਉਂ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦੱਦ ਦੁੱਖ ਲਥਾ। ਇਸ ਪ੍ਰਭੂ ਦੇ ਸਿਮਰਨ ਉਸ ਅਨਹਦ ਬਾਣੀ ਤੱਕ ਲੈ ਕੇ ਜਾਣਾ ਹੈ ਜੋ ਪ੍ਰਭੂ ਅਨਹਦ ਸ਼ਬਦਾਂ ਦੇ ਰੂਪ ਦੇ ਵਿੱਚ ਆਪ ਕਥਾ ਕਰ ਰਿਹਾ ਹੈ। ਹੁਣ ਗੁਰਮੁਖ ਪਿਆਰਿਓ ਆਪਾਂ ਨੇ ਇੱਥੋਂ ਅਭਿਆਸ ਸਿਰਫ ਸਿੱਖਣਾ ਹੁੰਦਾ ਹੈ, ਅਭਿਆਸ ਆਪਾਂ ਘਰਾਂ ਵਿੱਚ ਜਾ ਕੇ ਆਉਣਾ ਹੈ। ਜਦੋਂ ਆਪਣਾ ਸਵਾਸ ਅੰਦਰ ਨੂੰ ਜਾਂਦਾ ਹੈ ਤਾਂ ਵਾਹੇ ਸ਼ਬਦ ਉਚਾਰਨਾ ਹੈ, ਜਦੋਂ ਬਾਹਰ ਨੂੰ ਆਉਂਦਾ ਹੈ ਗੁਰੂ ਸ਼ਬਦ ਉਚਾਰਨਾ ਹੈ, ਅਤੇ ਉਸ ਸ਼ਬਦ ਨੂੰ ਕਹਿ ਕੇ ਉਸ ਨੂੰ ਆਪਣੇ ਕੰਨਾਂ ਦੇ ਨਾਲ ਸੁਣਨਾ ਹੈ। ਜੇਕਰ ਆਪਾਂ ਮੁੱਖ ਨਾਲ ਹੀ ਵਿਚਾਰ ਕਰਨ ਦੇ ਤੱਕ ਸੀਮਿਤ ਰਹਿ ਜਾਈਏ ਜਾਂ ਸਿਮਰਨ ਕਰਨ ਤੱਕ ਸੀਮਿਤ ਰਹਿ ਜਾਈਏ ਤਾਂ ਉਹ ਜੋ ਨਾਮ ਹੈ ਆਪਣੇ ਅੰਦਰ ਨਹੀਂ ਜਾਂਦਾ। ਜਿੰਨਾ ਚਿਰ ਨਾਮ ਅੰਦਰ ਨਹੀਂ ਜਾਂਦਾ ਉਨਾ ਚਿਰ ਆਪਣਾ ਆਧਾਰ ਨਹੀਂ ਹੋ ਸਕਦਾ। ਮਹਾਰਾਜ ਦਾ ਫਰਮਾਨ ਹੈ, ਜੇ ਕੋਈ ਖਾਵੇ ਜੇ ਕੋਈ ਪੁੰਚੇ ਤਿਸਕਾ ਹੋਏ ਆਧਾਰੋ। ਖਾਧੀ ਕਿਹੜੀ ਚੀਜ਼ ਜਾਂਦੀ ਹੈ ਗੁਰਮੁਖ ਪਿਆਰਿਓ? ਜੋ ਆਪਣੇ ਅੰਦਰ ਚਲੀ ਜਾਵੇ। ਮਹਾਰਾਜ ਆਪਾਂ ਨੂੰ ਸਮਝਾ ਰਹੇ ਨੇ ਕਿ ਜੋ ਸਿਮਰਨ ਹੈ ਉਹ ਅੰਦਰ ਤੱਕ ਜਾਣਾ ਚਾਹੀਦਾ ਹੈ। ਹੁਣ ਆਪਣੇ ਅੰਦਰ ਜਾਂਦੀ ਹੈ ਪੌਣ, ਇਸ ਦੇਸ਼ ਦਾ ਜੋ ਗੁਰੂ ਹੈ ਉਹ ਪੌਣ ਹੈ, ਪਵਨ ਗੁਰੂ, ਪਾਣੀ ਪਿਤਾ, ਮਾਤਾ ਧੱਤ ਮਹੱਤ, ਦਿਵਸ ਰਾਤ ਦੋਈ ਦਾਈ ਦਾਇਆ, ਖੇਲੇ ਸਗਲ ਜਗਤ। ਅਤੇ ਪਰ ਜਿੱਥੇ ਦੇ ਆਪਾਂ ਵਾਸੀ ਹਾਂ ਉੱਥੇ ਸ਼ਬਦ ਗੁਰੂ ਹੈ। ਆਪਾਂ ਇਸ ਦੇਸ਼ ਵਿੱਚ ਇੱਕ ਪ੍ਰਾਹੁਣਚਾਰੀ ਦੇ ਤੌਰ 'ਤੇ ਆਏ ਹਾਂ, ਸਮਾਂ ਅਤੇ ਸਵਾਸਾਂ ਦੀ ਪੂੰਜੀ ਲੈ ਕੇ। ਪਰ ਜਿੱਥੇ ਦੇ ਆਪਾਂ ਵਾਸੀ ਹਾਂ ਉੱਥੇ ਕੀ ਹੈ? ਕਹਿੰਦੇ ਸ਼ਬਦ ਗੁਰੂ ਸੁੱਤ ਧੁਨ ਚੇਲਾ। ਆਪਾਂ ਨੇ ਪਾਉਣ ਤੋਂ ਸਹਿਯੋਗ ਲੈ ਕੇ ਆਪਣੇ ਸਰੀਰ ਦੇ ਅੰਦਰ ਪਹਿਲਾਂ ਪ੍ਰਵੇਸ਼ ਕਰਨਾ ਸਿੱਖਣਾ ਹੈ, ਕਿਉਂਕਿ ਆਪਾਂ ਬਾਹਰ ਮੁਖੀ ਹੀ ਫਿਰੀ ਜਾਂਦੇ ਹਾਂ। ਅਤੇ ਜੇਕਰ ਗੁਰਮੁਖ ਪਿਆਰਿਓ ਆਪਾਂ ਬਾਹਰ ਮੁਖੀ ਫਿਰੀ ਜਾਏ ਤਾਂ ਆਪਾਂ ਮਾਲਕ ਨਾਲ ਮਿਲਾਪ ਨਹੀਂ ਕਰ ਸਕਦੇ। ਮਹਾਰਾਜ ਦੱਸ ਰਹੇ ਨੇ ਮਾਲਕ ਹੈ ਕਿੱਥੇ। ਮਹਾਰਾਜ ਦਾ ਫਰਮਾਨ ਹੈ, ਕਹਿੰਦੇ ਕਾਹੇ ਰੇ ਬਣ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੇ ਸੰਗ ਸਮਾਈ। ਮਹਾਰਾਜ ਸਮਝਾ ਰਹੇ ਨੇ, ਕਹਿੰਦੇ ਜਿਹੜੇ ਰੱਬ ਨੂੰ ਖੋਜਣ ਦੇ ਲਈ ਜੰਗਲਾਂ ਪਹਾੜਾਂ ਦੇ ਵਿੱਚ ਆਪਾਂ ਤੁਰੇ ਫਿਰਦੇ ਹਾਂ ਉਹ ਮਾਲਕ ਸਾਡੇ ਅੰਦਰ ਹੈ। ਕਿੱਥੇ ਹੈ? ਮਹਾਰਾਜ ਦੱਸ ਰਹੇ ਨੇ ਕਿਸ ਤਰ੍ਹਾਂ ਹੈ। ਕਹਿੰਦੇ ਪੋਹ ਪਮਦ ਜਿਉਂ ਵਾਸ ਵਸਤ ਹੈ, ਮੁਕਰਮੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਘੱਟ ਹੀ ਖੋਜੋ ਭਾਈ। ਮਹਾਰਾਜ ਨੇ ਆਪਾਂ ਨੂੰ ਸਮਝਾਇਆ ਕਿ ਉਹ ਮਾਲਕ ਤਾਂ ਤੁਹਾਡੇ ਅੰਦਰ ਹੀ ਹੈ। ਕਿਸ ਤਰ੍ਹਾਂ ਜਿਵੇਂ ਫੁੱਲਾਂ ਦੇ ਵਿੱਚ ਖੁਸ਼ਬੋ ਸਮਾਈ ਹੁੰਦੀ ਹੈ, ਉਸੇ ਤਰ੍ਹਾਂ ਹੀ ਉਹ ਤਿੰਨੇ ਲੋਕਾਂ ਦਾ ਮਾਲਕ ਆਪਣੇ ਵਿੱਚ ਵੱਸਦਾ ਹੈ। ਜਿਸ ਤਰ੍ਹਾਂ ਆਪਾਂ ਸ਼ੀਸ਼ੇ ਦੇ ਅੱਗੇ ਖੜ੍ਹ ਜਾਂਦੇ ਹਾਂ ਤਾਂ ਆਪਣਾ ਸਰੂਪ ਉਸ ਦੇ ਵਿੱਚ ਦਿਸਣ ਲੱਗ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਸਮਝਾ ਰਹੇ ਨੇ, ਕਹਿੰਦੇ ਬਾਹਰ ਭੀਤਰ ਏਕੋ ਜਾਣੋ, ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੇ,
ਮਿਟੇ ਨਾ ਭਰਮ ਕੀ ਖਾਈ। ਪਰ ਜਿੰਨਾ ਚਿਰ ਆਪਾਂ ਸ਼ਬਦ ਦੇ ਨਾਲ ਆਪਣੇ ਸਰੀਰ ਦੀ ਖੋਜ ਨਹੀਂ ਕਰ ਲੈਂਦੇ, ਉਹਨਾਂ ਚਿਰ ਆਪਾਂ ਮਾਲਕ ਨਾਲ ਮਿਲਾਪ ਨਹੀਂ ਕਰ ਸਕਦੇ। ਕਿਉਂ ਗੁਰਮੁਖ ਪਿਆਰਿਓ, ਮਹਾਰਾਜ ਨੇ ਦੱਸਿਆ, ਕਹਿੰਦੇ ਕਾਇਆ ਅੰਦਰ ਸਭ ਕੁਛ ਵਸੇ, ਖੰਡ ਮੰਡਲ ਪਤਾਲਾ, ਇਸ ਕਾਇਆ ਅੰਦਰ ਜਗਜੀਵਨ ਦਾਤਾ ਵਸੇ, ਸਭ ਨਾ ਕਰੇ ਪ੍ਰਿਤ ਪਾਲਾ। ਉਹ ਤਿੰਨੇ ਲੋਕਾਂ ਦਾ ਜੋ ਮਾਲਕ ਹੈ, ਉਹ ਤਾਂ ਦੇਹੀ ਦੇ ਵਿੱਚ ਵੱਸਦਾ ਹੈ, ਪਰ ਆਪਾਂ ਉਸ ਨੂੰ ਬਾਹਰ ਲੱਭਦੇ ਫਿਰਦੇ ਹਾਂ। ਗੁਰਮੁਖ ਪਿਆਰਿਓ, ਜਦੋਂ ਆਪਾਂ ਅਭਿਆਸ ਕਰਾਂਗੇ, ਆਪਾਂ ਛੋਟੀ ਵਿਚਾਰ ਨੂੰ ਕਰੀਏ, ਤਾਂ ਆਪਣਾ ਸਭ ਤੋਂ ਪਹਿਲਾਂ ਜੋ ਆਸਣ ਹੈ ਉਹ ਨਾਭੀ ਉੱਤੇ ਲੱਗਣ ਲੱਗੇਗਾ। ਇਸ ਨੂੰ ਆਪਣਾ ਪਹਿਲਾ ਸਿਰਾ ਆਖਿਆ ਗਿਆ ਹੈ। ਤੇ ਜਿੱਥੇ ਜਾ ਕੇ ਨਾਮ ਗੁਪਤ ਹੋਇਆ, ਵਜਰ ਕਪਾਟ ਲੱਗ ਗਿਆ, ਉਸ ਨੂੰ ਆਪਣਾ ਦੂਜਾ ਸਿਰਾ ਆਖਿਆ ਗਿਆ ਹੈ, ਨੱਕ ਦੀ ਜੜ। ਇਹਨਾਂ ਜੋ ਦੋਨਾਂ ਸਿਰਿਆਂ ਦੇ ਵਿਚਲਾ ਫਾਸਲਾ ਹੈ, ਉਸ ਨੂੰ ਆਖਿਆ ਜਾਂਦਾ ਹੈ ਭਵ ਸਾਗਰ। ਭਵ ਸਾਗਰ ਕਿਸ ਚੀਜ਼ ਦਾ ਹੈ? ਵਿਚਾਰਾਂ ਦਾ। ਮਹਾਰਾਜ ਦੱਸ ਰਹੇ ਨੇ ਉਸ ਭਵ ਸਾਗਰ ਨੂੰ ਪਾਰ ਕਿਵੇਂ ਕਰਨਾ ਹੈ। ਕਹਿੰਦੇ ਗੁਰਮਿਲ ਭਵ ਜੇ ਲੰਘਣਾ, ਦਰਗਾਹ ਪੱਤ ਪ੍ਰਵਾਨ, ਨਾਨਕ ਤੇ ਮੁਖ ਉਜਲੇ, ਧੁਨ ਉਪਜੇ ਸ਼ਬਦ ਨਿਸ਼ਾਨ। ਜਦੋਂ ਆਪਾਂ ਗੁਰਮੁਖ ਪਿਆਰਿਓ ਸਵਾਸ ਗ੍ਰਾਸ ਸਿਮਰਨ ਕਰਾਂਗੇ, ਤਾਂ ਮਹਾਰਾਜ ਨੇ ਦੱਸਿਆ, ਕਹਿੰਦੇ ਇਹ ਜੋ ਆਪਣਾ ਸਰੀਰ ਦਸਾਂ ਦਰਵਾਜ਼ਿਆਂ ਦਾ ਘਰ ਹੈ, ਇਸ ਵਿੱਚ ਨੱਕ ਦੀ ਜੜ ਦੇ ਉੱਤੇ ਬੱਜਰ ਕਪਾਟ ਲੱਗਿਆ ਹੈ। ਕਹਿੰਦੇ ਨੌ ਦਰਵਾਜ਼ੇ ਕਾਇਆ ਕੋਟ ਹੈ, ਦਸਵੇਂ ਗੁਪਤ ਰਖੀਜੇ, ਬੱਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਖਲੀਜੇ। ਉਹ ਜੋ ਬੱਜਰ ਕਪਾਟ ਹੈ ਗੁਰਮੁਖ ਪਿਆਰਿਓ, ਖੁੱਲਦਾ ਨਹੀਂ ਹੈ, ਪਰ ਜਦੋਂ ਆਪਾਂ ਗੁਰੂ ਦੇ ਸ਼ਬਦ ਦੀ ਚੋਟ ਮਾਰਦੇ ਹਾਂ ਤਾਂ ਉਹ ਬੱਜਰ ਕਪਾਟ ਟੁੱਟ ਜਾਂਦਾ ਹੈ। ਕੋਈ ਦਰਵਾਜ਼ਾ ਕਿੰਨਾ ਵੀ ਸਖਤ ਕਿਉਂ ਨਾ ਹੋਵੇ, ਜਦੋਂ ਆਪਾਂ ਉਸਦੇ ਉੱਤੇ ਵਾਰ ਵਾਰ ਚੋਟ ਮਾਰਦੇ ਰਹਿੰਦੇ ਹਾਂ ਤਾਂ ਫਿਰ ਉਹ ਟੁੱਟ ਜਾਂਦਾ ਹੈ। ਮਹਾਰਾਜ ਨੇ ਆਪਾਂ ਨੂੰ ਦੱਸਿਆ, ਕਹਿੰਦੇ ਬੱਜਰ ਕਪਾਟ ਨੂੰ ਕਿਸ ਤਰ੍ਹਾਂ ਤੋੜਨਾ ਹੈ? ਜਦੋਂ ਆਪਾਂ ਨੇ ਸਿਮਰਨ ਕਰਨਾ ਹੈ, ਜਿਸ ਤਰ੍ਹਾਂ ਭਾਈ ਸਾਹਿਬ ਸਿਮਰਨ ਕਰਾ ਰਹੇ ਸੀ, ਵਾਹਿਗੁਰੂ ਆਖਣਾ ਹੈ ਨਾ, ਜਦੋਂ ਵਾਹੇ ਸ਼ਬਦ ਆਖਣਾ ਹੈ ਚੋਟ ਨਾਭੀ ਦੇ ਉੱਤੇ ਲੱਗੇ, ਜਦੋਂ ਗੁਰੂ ਸ਼ਬਦ ਆਖਣਾ ਹੈ ਜਿੱਥੇ ਨੱਕ ਦੀ ਜੜ ਹੈ ਉੱਥੇ ਸ਼ਬਦ ਦੀ ਚੋਟ ਲੱਗੇ। ਮਹਾਰਾਜ ਸਮਝਾ ਰਹੇ ਨੇ ਕਿ ਜਦੋਂ ਬੱਜਰ ਕਪਾਟ ਟੁੱਟੇਗਾ, ਕਿਵੇਂ ਟੁੱਟੇਗਾ? ਜਦੋਂ ਆਪਾਂ ਸਿਮਰਨ ਕਰਾਂਗੇ ਬੋਲ ਕੇ, ਤੇ ਉਹਨੂੰ ਕੰਨਾਂ ਦੇ ਨਾਲ ਸੁਣਾਂਗੇ। ਆਪਾਂ ਕੀ ਕਰਦੇ ਹਾਂ? ਮੁੱਖ ਦੇ ਨਾਲ ਸਿਮਰਨ ਕਰਨ ਤੱਕ ਸੀਮਿਤ ਹਾਂ। ਪਰ ਮਹਾਰਾਜ ਨੇ ਦੱਸਿਆ, ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਦੁੱਖਾਂ ਪਾਪਾਂ ਦਾ ਨਾਸ ਕਦੋਂ ਹੋਣਾ ਹੈ? ਜਦੋਂ ਆਪਾਂ ਨੇ ਸਿਮਰ ਕੇ ਮਾਲਕ ਦੇ ਨਾਮ ਨੂੰ ਕੰਨਾਂ ਨਾਲ ਸੁਣਨਾ ਹੈ। ਗੁਰਮੁਖ ਪਿਆਰਿਓ, ਆਪਣੇ ਕਈ ਵਾਰ ਵਿਚਾਰ ਆਉਂਦਾ ਹੈ ਕਿ ਮਨ ਨਹੀਂ ਟਿਕਦਾ। ਜਦੋਂ 20 ਸਾਲ ਪਹਿਲਾਂ ਪਾਠ ਕਰਨ ਲੱਗੇ ਸੀ ਉਦੋਂ ਵੀ ਮਨ ਟਿਕਦਾ ਨਹੀਂ ਸੀ, ਪਰ 20 ਸਾਲ ਹੋ ਗਏ ਪਾਠ ਕਰਦਿਆਂ ਨੂੰ, ਅੱਜ ਵੀ ਮਨ ਨਹੀਂ ਟਿਕਦਾ। 20 ਸਾਲ ਚੱਲਿਆਂ ਨੂੰ ਹੋ ਗਏ, ਪਰ ਕਦਮ ਆਪਾਂ ਨੇ ਇੱਕ ਵੀ ਨਹੀਂ ਪੁੱਟਿਆ, ਕਿਉਂਕਿ ਗੁਰੂ ਤੋਂ ਸੇਧ ਲੈ ਕੇ ਭਗਤੀ ਨਹੀਂ ਕੀਤੀ। ਮਹਾਰਾਜ ਨੇ ਦੱਸਿਆ, ਕਹਿੰਦੇ ਮਨਮੁੱਖ ਹਰ ਹਰ ਕਰ ਥੱਕੇ, ਮੈਲ ਨਾ ਸਕੇ ਧੋਏ। ਭਗਤੀ ਉਹਨਾਂ ਨੇ ਵੀ ਕੀਤੀ ਜਿਨ੍ਹਾਂ ਨੇ ਆਪਣੇ ਮਨ ਦੇ ਨਾਲ ਭਗਤੀ ਕੀਤੀ, ਆਪਣੇ ਮਨ ਮੁਤਾਬਕ ਭਗਤੀ ਕੀਤੀ। ਪਰ ਜਿਨ੍ਹਾਂ ਨੇ ਗੁਰੂ ਤੋਂ ਪੁੱਛ ਕੇ ਭਗਤੀ ਕੀਤੀ, ਉਹਨਾਂ ਦਾ ਕੀਤਾ ਹੋਇਆ ਸਿਮਰਨ ਫਲੀਭੂਤ ਹੋਇਆ। ਮਹਾਰਾਜ ਦੱਸ ਰਹੇ ਨੇ ਕਿਸ ਤਰ੍ਹਾਂ, ਗੁਰਮੁਖ ਪਿਆਰਿਓ, ਜਦੋਂ ਆਪ ਜੀ ਮੁੱਖ ਦੇ ਨਾਲ ਬੋਲੋਗੇ, ਮਨ ਨੂੰ ਕਾਬੂ ਕਰਨ ਦੀ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਵਿਧੀ ਦੱਸੀ ਹੈ। ਮਹਾਰਾਜ ਫਰਮਾਨ ਕਰਦੇ ਨੇ, ਕਹਿੰਦੇ ਅੰਤਰ ਗੁਰੂ ਅਰਾਧਣ, ਪਹਿਲਾਂ ਸਭ ਤੋਂ ਪਹਿਲਾਂ ਨੇਤਰਾਂ ਨੂੰ ਬੰਦ ਕਰਕੇ ਅੰਤਰਗਤ ਆਉਣਾ ਹੈ, ਕਿਉਂਕਿ ਮਨ ਦਾ ਵਾਸਾ ਨੇਤਰਾਂ ਦੇ ਵਿੱਚ ਹੈ, ਤੇ ਜਿੱਥੇ ਨੇਤਰ ਦੇਖਦੇ ਨੇ ਉੱਥੇ ਉਸ ਬਾਰੇ ਮਨ ਵਿਚਾਰ ਕਰਨ ਲੱਗ ਜਾਂਦਾ ਹੈ। ਮਹਾਰਾਜ ਨੇ ਦੱਸਿਆ, ਕਹਿੰਦੇ ਅੰਤਰ ਗੁਰੂ ਅਰਾਧਣ ਜਿਹਬਾ ਜਪ ਗੋ ਨਾਉ। ਜੀਵ ਦੇ ਨਾਲ ਗੁਰਮੁਖ ਪਿਆਰਿਓ ਮਾਲਕ ਦੇ ਨਾਮ ਨੂੰ ਬੋਲ ਕੇ ਜਪਣਾ ਹੈ। ਕਹਿੰਦੇ ਨੇਤਰੀ ਸਤਿਗੁਰ ਪੇਖਣਾ, ਬਾਰਾ ਸਮਝਾ ਰਹੇ ਨੇ, ਅੰਤਰ ਗੁਰੂ ਅਰਾਧਣਾ ਜਿਹਬਾ ਜਪ ਗੋ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰਨਾਉ, ਕੰਨਾਂ ਦੇ ਨਾਲ ਜਪ ਕੇ ਉਸ ਨਾਮ ਨੂੰ ਸੁਣਨਾ ਹੈ, ਫਿਰ ਕੀ ਹੋਵੇਗਾ? ਕਹਿੰਦੇ ਸਤਿਗੁਰ ਸੇਤੀ ਰਤਿਆਂ, ਦਰਗਾਹ ਪਾਈਏ ਤਾਂ ਮਨ ਜੋ ਆਪਣਾ ਹੈ ਫਿਰ ਉਹ ਨਾਮ ਦੇ ਵਿੱਚ ਰੰਗਿਆ ਜਾਵੇਗਾ, ਤੇ ਆਪਣੀ ਜੋ ਦਰਗਾਹ ਦੇ ਵਿੱਚ ਜਗ੍ਹਾ ਹੈ ਉਹ ਪੱਕੀ ਹੋ ਜਾਵੇਗੀ। ਜਦੋਂ ਆਪ ਗੁਰਮੁਖ ਪਿਆਰਿਓ, ਮਹਾਰਾਜ ਪਾ ਦੱਸ ਰਹੇ ਨੇ, ਕਹਿੰਦੇ ਕਹੋ ਨਾਨਕ ਕਿਰਪਾ ਕਰੇ, ਜਿਸ ਨੂੰ ਇਹ ਵੱਤ ਦੇ। ਇਹ ਤਰੀਕੇ ਦਾ ਕਿਸ ਨੂੰ ਪਤਾ ਲੱਗੇਗਾ? ਕਹਿੰਦੇ ਜਿਹਨਾਂ ਤੇ ਮਾਲਕ ਦੀ ਕਿਰਪਾ ਹੋਵੇਗੀ। ਪਰ ਉਹ ਹੋਣਗੇ ਗੁਰਮੁਖ ਪਿਆਰਿਓ ਕਿੰਨੇ ਕੁ? ਮਹਾਰਾਜ ਨੇ ਦੱਸਿਆ, ਕਹਿੰਦੇ ਕਹੋ ਨਾਨਕ ਕਿਰਪਾ ਕਰੇ, ਜਿਸ ਨੂੰ ਇਹ ਵੱਤ ਦੇ, ਜੱਗ ਮੈਂ ਉੱਤਮ ਕਾਢੀਏ ਵਿਰਲੇ ਕਈ ਕਿ। ਪਰ ਉਹ ਵਿਰਲੇ ਵਿਰਲੇ ਗੁਰਮੁਖ ਪਿਆਰੇ ਹੋਣਗੇ। ਗੁਰਮੁਖ ਪਿਆਰਿਓ, ਜਦੋਂ ਆਪ ਜੀ ਬੋਲ ਕੇ ਸਿਮਰਨ ਕਰੋਗੇ, ਤਾਂ ਥੋੜ੍ਹੀ ਦੇਰ ਸਿਮਰਨ ਕਰਨ ਤੋਂ ਬਾਅਦ ਆਪਣੀ ਜੋ ਰਸਨਾ ਹੈ ਇਹ ਆਪਣੇ ਆਪ ਚੁੱਪ ਕਰ ਜਾਂਦੀ ਹੈ, ਤੇ ਜਿਸ ਤਰ੍ਹਾਂ ਆਪਣੀ ਨੀਂਦ ਵਰਗੀ ਅਵਸਥਾ ਹੁੰਦੀ ਹੈ ਉਹ ਨੀਂਦ ਵਰਗੀ ਅਵਸਥਾ ਬਣ ਜਾਂਦੀ ਹੈ।
ਮਹਾਰਾਜ ਆਪਾਂ ਨੂੰ ਸਮਝਾ ਰਹੇ ਨੇ ਗੁਰਬਾਣੀ ਦੇ ਵਿੱਚ, ਕਹਿੰਦੇ ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਗੁਣੇ ਕਿਆ ਹੋਏ ਜੇ ਸਹਿਜ ਨਾ ਮਿਲਿਆ ਸੋਏ। ਉਸ ਅਵਸਥਾ ਨੂੰ ਜਾਂ ਸਮਾਧੀ ਪਿਛਲੇ ਸਮਿਆਂ ਦੇ ਵਿੱਚ ਆਖਿਆ ਜਾਂਦਾ ਸੀ। ਜਦੋਂ ਸਿਮਰਨ ਕਰਦੇ ਕਰਦਿਆਂ ਦੀ ਨੀਂਦ ਵਰਗੀ ਅਵਸਥਾ ਬਣਦੀ ਹੈ, ਉਸ ਸਿਮਰਨ ਨੂੰ ਸਮਾਧੀ ਆਖਿਆ ਜਾਂਦਾ ਹੈ ਜਾਂ ਸਹਿਜ ਅਵਸਥਾ ਆਖਿਆ ਜਾਂਦਾ ਹੈ? ਜਦੋਂ ਆਪਾਂ ਨੂੰ ਸਹਿਜ ਅਵਸਥਾ ਪ੍ਰਾਪਤ ਹੁੰਦੀ ਹੈ ਗੁਰਮੁਖ ਪਿਆਰਿਓ, ਤਾਂ ਹੀ ਆਪਾਂ ਫਿਰ ਮਾਲਕ ਦੇ ਦਰ ਉੱਤੇ ਪ੍ਰਵਾਨ ਹੋ ਸਕਦੇ ਹਾਂ। ਆਨੰਦ ਸਾਹਿਬ ਦੀ ਬਾਣੀ 'ਚ ਆਪਾਂ ਰੋਜ਼ ਪੜ੍ਹਦੇ ਹਾਂ, ਆਨੰਦ ਪਿਆ ਮੇਰੀ ਮਾਏ ਕਦੋਂ, ਕਹਿੰਦੇ ਸਤਿਗੁਰੂ ਮੈਂ ਪਾਇਆ, ਕਦੋਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾ ਬਣਾਈਆਂ। ਜਦੋਂ ਆਪਣੀ ਸਹਿਜ ਅਵਸਥਾ ਬਣੇਗੀ ਤਾਂ ਜੋ ਆਪਣੀ ਸੁੱਤ ਹੈ ਇਹ ਨੌ ਦਰਵਾਜ਼ਿਆਂ ਤੋਂ ਪਿੱਛੇ ਹਟੇਗੀ। ਜਦੋਂ ਸੁੱਤ ਨੌ ਦਰਵਾਜ਼ਿਆਂ ਤੋਂ ਪਿੱਛੇ ਹਟੇਗੀ ਤਾਂ ਫਿਰ ਦਸਵੇਂ ਦਵਾਰ ਦਾ ਦਰਵਾਜ਼ਾ ਖੁੱਲੇਗਾ। ਗੁਰਮੁਖ ਪਿਆਰਿਓ, ਮਹਾਰਾਜ ਦਾ ਫਰਮਾਨ ਹੈ, ਕਹਿੰਦੇ ਨੌ ਦਰ ਠਾਕੇ ਧਾਵਤ ਰਹਾਏ, ਦਸਵੇਂ ਨਿੱਜ ਘਰ ਵਾਸਾ ਪਾਏ, ਉੱਥੇ ਅਨਹਦ ਸ਼ਬਦ ਵੱਜੇ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾ ਬਣਿਆ। ਆਪਣੇ ਅੰਦਰੋਂ ਜੋ ਅਨਹਦ ਸ਼ਬਦ ਹੈ ਉਹ ਪ੍ਰਗਟ ਹੋਵੇਗਾ। ਉਸ ਸ਼ਬਦ ਦੀ ਮਹਾਰਾਜ ਨੇ ਆਪਾਂ ਨੂੰ ਪਹਿਚਾਣ ਕਰਾਈ ਹੈ। ਗੁਰਮੁਖ ਪਿਆਰਿਓ, ਮਹਾਰਾਜ ਫਰਮਾਨ ਕਰਦੇ ਨੇ, ਕਹਿੰਦੇ ਉਹ ਸ਼ਬਦ ਕਿਸ ਤਰ੍ਹਾਂ ਦੇ ਹੁੰਦੇ ਨੇ? ਕਹਿੰਦੇ ਕਰ ਕਰ ਤਾਲ ਪਖਾਵਜ ਨੈਣੋ, ਮਾਥੇ ਵੱਜੇ ਰਬਾਬਾ। ਕਹਿੰਦੇ ਜਿਸ ਤਰ੍ਹਾਂ ਛੈਣੇ ਵੱਜਦੇ ਹਨ, ਕਰ ਕਰ ਤਾਲ ਤਾਲ ਛੈਣਿਆਂ ਨੂੰ ਆਖਿਆ ਜਾਂਦਾ ਹੈ, ਪਖਾਵਜ ਨੈਣੋ ਮਾਥੇ ਵੱਜੇ ਰਬਾਬਾ, ਤਬਲਾ ਵੱਜਦਾ ਹੈ, ਰਬਾਬ ਵੱਜਦੀ ਹੈ। ਕਹਿੰਦੇ ਕਰਨੋ ਮੱਧ ਬੰਸਰੀ ਵੱਜੇ, ਬੰਸਰੀ ਵਾਂਗ ਆਵਾਜ਼ ਸੁਣਾਈ ਦਿੰਦੀ, ਜਿਹਬਾ ਧੁਨ ਅਗਾਜਾ। ਕਹਿੰਦੇ ਨ੍ਰਿਤ ਕਰ ਕਰ ਮਨੂਆ ਨਾਚੇ, ਆਣੇ ਘੁੰਕਰ ਸਾਜਾ, ਘੁੰਗਰੂਆਂ ਦੀ ਆਵਾਜ਼ ਆਉਂਦੀ ਹੈ। ਇਹਨਾਂ ਪੰਜੇ ਸ਼ਬਦਾਂ ਨੂੰ ਮਹਾਰਾਜ ਨੇ ਕਿਹਾ ਹੈ, ਕਹਿੰਦੇ ਪੰਜੇ ਹੀ ਸ਼ਬਦ ਵੱਜੇ ਮਤ ਗੁਰਮਤ, ਵਡਭਾਗੀ ਅਨਹਦ ਵੱਜਿਆ, ਆਨੰਦ ਮੂਲ ਰਾਮ ਸਭ ਦੇਖਿਆ, ਗੁਰ ਸ਼ਬਦੀ ਗੋਬਿੰਦ ਗੱਜਿਆ। ਜਦੋਂ ਇਹ ਸ਼ਬਦ ਆਪ ਜੀ ਦੇ ਅੰਦਰ ਪ੍ਰਗਟ ਹੋਣਗੇ, ਤੁਸੀਂ ਇਹਨਾਂ ਸ਼ਬਦਾਂ ਦੇ ਵਿੱਚ ਧਿਆਨ ਲਗਾ ਕੇ ਸਿਮਰਨ ਕਰੋਗੇ ਤਾਂ ਇਹ ਸ਼ਬਦ ਕਿੱਥੋਂ ਪ੍ਰਗਟ ਹੋ ਰਹੇ ਨੇ? ਮਹਾਰਾਜ ਸਮਝਾ ਰਹੇ ਨੇ, ਤੇਰਾ ਮੁੱਖ ਸਹਾਵਾ ਜੀਓ, ਸਹਿਜ ਧੁਨ ਬਾਣੀ ਚਿਰ ਹੋਆ, ਦੇਖੇ ਸਾਰੰਗ ਪਾਣੀ, ਧਨ ਸੋ ਦੇਸ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮਰਾਰੇ ਜੀਓ। ਨੇ ਜੋ ਇਹ ਆਪਾਂ ਨੂੰ ਸਮਾਂ ਬਖਸ਼ਿਆ ਹੈ ਗੁਰਮੁਖ ਪਿਆਰਿਓ, ਇਹ ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਸਤਿਗੁਰੂ ਦੇ ਸ਼ਬਦ ਦੀ ਵਿਚਾਰ ਕਰਦਿਆਂ ਜਾਂ ਸਿਮਰਨ ਕਰਦਿਆਂ ਅਨੇਕਾਂ ਹੀ ਗਲਤੀਆਂ ਹੋਈਆਂ ਹਨ। ਸਤਿਗੁਰੂ ਅਤੇ ਸੰਗਤ ਬਖਸ਼ਣ ਯੋਗ ਹਨ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਜਾਓ ਬਾਬਾ ਜੀ।